ਖੂਨੀ ਝੜਪ ਦੀਆਂ ਇਹ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡ ਹੋਈਆਂ ਨੇ, ਜਦੋਂ ਦੋ ਧਿਰਾਂ ਆਪਸ ਦੇ ਵਿੱਚ ਉਲਝ ਗਈਆਂ ਤੇ ਇੱਕ ਦੂਜੇ ਦੀ ਕੁੱਟਮਾਰ ਕਰਦੀਆਂ ਨਜ਼ਰ ਆਈਆਂ ਨੇ। ਦਰਅਸਲ ਇਹ ਮਾਮਲਾ ਪ੍ਰੇਮ ਵਿਆਹ ਦਾ ਹੈ। ਪ੍ਰੇਮ ਵਿਆਹ ਕਾਮਯਾਬ ਨਹੀਂ ਹੋਇਆ ਤਾਂ ਕੁੜੀ ਵਾਲਿਆਂ ਨੇ ਮੁੰਡੇ ਵਾਲਿਆਂ ਤੇ ਹਮਲਾ ਕਰ ਦਿੱਤਾ। ਦਰਅਸਲ ਕੁੜੀ ਵਾਲੇ ਤੇ ਮੁੰਡੇ ਵਾਲੇ ਇੱਕੋ ਮਹੱਲੇ ਦੇ ਵਿੱਚ ਰਹਿੰਦੇ ਨੇ ਤੇ ਆਪਸੀ ਵਿਵਾਦ ਦੇ ਚੱਲਦੇ ਮੁੰਡਾ ਕੁੜੀ ਵੱਖ ਹੋ ਗਏ ਸਨ ਤੇ ਹੁਣ ਕੁੜੀ ਵਾਲੇ ਮੁੰਡੇ ਵਾਲਿਆਂ ਦੀ ਰੈਕੀ ਕਰ ਰਹੇ ਨੇ ਤੇ ਮੌਕਾ ਪਾ ਕੇ ਹੁਣ ਮੁੰਡੇ ਵਾਲਿਆਂ ਤੇ ਹਮਲਾ ਕਰ ਦਿੱਤਾ ਤੇ ਮੁੰਡੇ ਦੇ ਮਾਂ ਪਿਓ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਤੇ ਇਹ ਸਾਰੀ ਕੁੱਟਮਾਰ ਦੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡ ਹੋ ਗਈ ਹੈ। ਮੁੰਡੇ ਵਾਲਿਆਂ ਨੇ ਇਲਜ਼ਾਮ ਲਗਾਇਆ ਕਿ ਕੁੜੀ ਵਾਲੇ ਉਹਨਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਹੇ ਨੇ ਅਤੇ ਮੌਕਾ ਪਾ ਕੇ ਉਹਨਾਂ ਤੇ ਹੁਣ ਹਮਲਾ ਕਰ ਦਿੱਤਾ। ਇਹ ਘਟਨਾ ਬਟਾਲਾ ਤੋਂ ਸਾਹਮਣੇ ਆਈ, ਜਿੱਥੇ ਬਟਾਲਾ ਦੇ ਈਸਾ ਨਗਰ ਦੇ ਵਿੱਚ ਇਹ ਖੂਨੀ ਝੜਪ ਹੋਈ ਹੈ। ਸੀਸੀਟੀਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਹ ਲੋਕ ਆਪਸ ਦੇ ਵਿੱਚ ਭਿੜਦੇ ਨਜ਼ਰ ਆ ਰਹੇ ਨੇ। ਦਰਅਸਲ ਇਹ ਮਾਮਲਾ 2 ਸਾਲ ਪਹਿਲਾਂ ਦਾ ਹੈ ਜੋ ਹੁਣ ਰੰਜਿਸ਼ ਦਾ ਰੂਪ ਧਾਰ ਗਿਆ ਅਤੇ ਝਗੜਾ ਕਰਨ ਵਾਲੇ ਦੋਨੋਂ ਪਰਿਵਾਰਾਂ ਦੇ ਬੱਚਿਆਂ ਨੇ ਆਪਸ ਦੇ ਵਿੱਚ ਕੋਰਟ ਮੈਰਿਜ ਕਰਵਾਈ ਸੀ, ਪਰ ਲੜਕੀ ਆਪਣੇ ਪੇਕੇ ਘਰ ਜਾ ਕੇ ਰਹਿਣ ਲੱਗ ਪਈ, ਜਿਸ ਤੋਂ ਬਾਅਦ ਲੜਕੀ ਵਾਲਿਆਂ ਨੇ ਖੁੰਦਕ ਦੇ ਵਿੱਚ ਆ ਕੇ ਲੜਕੇ ਦੇ ਮਾਤਾ ਪਿਤਾ ਤੇ ਹਮਲਾ ਕਰ ਦਿੱਤਾ ਤੇ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ। ਇੱਥੋਂ ਤੱਕ ਗਲੀ ਦੇ ਵਿੱਚ ਝਗੜਾ ਹੋਇਆ, ਕਿਸੇ ਦੇ ਘਰ ਜਾ ਕੇ ਇਹਨਾਂ ਨੇ ਕੁੱਟਮਾਰ ਕੀਤੀ ਹੈ। ਜ਼ਖਮੀ ਹੋਏ ਵਿਅਕਤੀ ਅਤੇ ਉਸਦੀ ਬੇਟੀ ਨੇ ਕਿਹਾ ਕਿ ਉਸਦੇ ਭਰਾ ਨੇ 2 ਸਾਲ ਪਹਿਲਾਂ ਗਲੀ ਦੇ ਵਿੱਚ ਹੀ ਰਹਿਣ ਵਾਲੀ ਇੱਕ ਲੜਕੀ ਦੇ ਨਾਲ ਪ੍ਰੇਮ ਵਿਆਹ ਕਰਵਾਇਆ ਸੀ, ਪਰ ਝਗੜੇ ਆਪਸ ਦੇ ਵਿੱਚ ਵਧਣ ਲੱਗੇ ਜਿਸ ਕਾਰਨ ਕੁੜੀ ਆਪਣੇ ਘਰ ਜਾ ਕੇ ਰਹਿਣ ਲੱਗੀ ਤੇ ਉਸਦੇ ਭਰਾ ਨੇ ਹੁਣ ਖੁੰਦਕ ਖਾ ਰੱਖੀ ਹੈ ਉਹਨਾਂ ਦੇ ਪਰਿਵਾਰ ਤੋਂ ਤੇ ਉਹਨਾਂ ਨੂੰ ਮਾਰਨ ਦੀਆਂ ਧਮਕੀਆਂ ਦੇ ਰਿਹਾ। ਫਿਲਹਾਲ ਪੁਲਿਸ ਇਸ ਸਾਰੇ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ। ਹੋਇਆ ਇਹ ਕਿ ਮੈਂ ਤੇ ਮੇਰਾ ਬੇਟਾ ਕੋਠੇ ਤੇ ਹਾਂ ਤੇ ਮੇਰੀ ਵਾਈਫ ਸੈਲ ਕਰਦੀ ਪਈ ਬਾਹਰ, ਵੈਸੇ ਹੀ ਗਲੀ 'ਚ ਫਿਰਨ ਰਹੀ ਸੀ। ਸਾਨੂੰ ਇਹ ਗੱਲ ਦਾ ਪਤਾ, ਇਹਨਾਂ ਸਾਰਾ ਟੱਬਰ ਨਿਕਲਿਆ ਛੱਡਣਾ ਨਹੀਂ ਜਾਂ ਮਾਰ ਹੀ ਲੈਣਾ ਅੱਜ, ਅਤੇ ਸਰ ਤੁਸੀਂ ਵੀਡੀਓ ਵੇਖ ਲਓ, ਉਹਨਾਂ ਮਾਰਨ ਦੀ ਕੋਸ਼ਿਸ਼ ਪੂਰੀ ਕੀਤੀ। ਮੈਂ ਅਤੇ ਮੇਰਾ ਬੇਟਾ ਭੱਜੇ ਹੀ ਆਏ ਹਾਂ ਅਤੇ ਇਹ ਸਾਨੂੰ ਵੀ ਪੈ ਗਏ ਆ। ਇਹਨਾਂ ਮੇਰੇ ਸੱਟਾਂ ਲਾਈਆਂ, ਫਿਰ ਹਸਪਤਾਲ ਜਾਣ ਕੇ ਮੇਰਾ ਦਾਤਰ ਮਾਰਿਆ। ਕਾਰਨ ਆਹੀ ਮੁੰਡੇ ਨੇ ਜੋ ਕੋਰਟ ਮੈਰਿਜ ਕੀਤੀ ਰਾਜਾਵਾਂ ਨੇ ਕੁੜੀ ਨੇ ਕੀਤੀ। ਕੁੜੀ ਹੁਣ ਕਿੰਨੀ ਮੈਨੂੰ ਪਤਾ ਨਹੀਂ ਹੈ, ਕੁੜੀ ਪਹਿਲਾਂ ਪ੍ਰੈਗਨੈਂਟ ਸੀ 6 ਮਹੀਨੇ ਦੀ। ਕੁੜੀ ਦਾ ਘਰ ਸਾਡੀ ਬੈਕ ਸਾਈਡ ਅਤੇ ਸਾਡਾ ਘਰ ਫਰੰਟ 'ਤੇ ਆ। ਹਾਂਜੀ ਹਾਂਜੀ, ਮੁਹੱਲੇ 'ਚ ਆ ਇਹਨਾਂ। ਹਾਂਜੀ ਕੋਰਟ ਮੈਰਿਜ ਹੋਈ ਹੈ ਜੀ। ਹਾਂਜੀ ਉਹਦੇ ਸਾਰਾ ਕੁਝ ਪ੍ਰੂਫ ਸਾਡੇ ਕੋਲ। ਹਾਂਜੀ ਇਹਦੀਆਂ ਕੁੜੀ ਦੀਆਂ ਵੀਡੀਓ ਬਣੀਆਂ ਨੇ, ਆਪਣੇ ਘਰ ਦੇ ਖਿਲਾਫ ਜਿਹੜੀ ਰਿਪੋਰਟਾਂ ਦਿੱਤੀਆਂ ਉਹ ਵੀ ਸਾਡੇ ਕੋਲ ਆ। ਹੁਣ ਇਹ ਬਸ ਸਾਨੂੰ ਹਮਲਾ ਕਰਤਾ, ਮਾਂ ਕਹਿੰਦੇ ਵੱਢਣਾ ਵਾ ਤੁਹਾਨੂੰ, ਵੱਢ ਕੇ ਰਾਜੀ ਕਹਿਣਾ। ਨਾ ਸਾਨੂੰ ਕੋਈ ਪੁਲਿਸ ਦਾ ਡਰ ਆ, ਨਾ ਕਿਸੇ ਕੋਰਟ ਕਚਹਿਰੀ ਦਾ ਡਰ ਆ, ਸਾਨੂੰ ਕਿਸੇ ਦਾ ਕੋਈ ਡਰ ਨਹੀਂ ਪੈਸਾ ਸਾਡੇ ਕੋਲ ਬਹੁਤ ਜ਼ਿਆਦਾ ਵਾ, ਅਸੀਂ ਜਿੰਨੇ ਪੈਸੇ ਮਰਜ਼ੀ ਲਾਵਾਂਗੇ। ਕਿ ਮੇਰੇ ਭਰਾ ਨੇ ਲਵ ਮੈਰਿਜ ਕਰਾਈ ਸੀ ਅਤੇ ਉਹ ਕੁੜੀ ਆਪਣੇ ਘਰ ਆ ਗਈ ਆ, ਬੱਚਾ ਵੀ ਉਹਨਾਂ ਨੇ ਸਾਡੇ ਕੋਲ ਰਸਤੇ 'ਚ ਖੋਲਿਆ ਸੀ ਅਤੇ ਉਦੋਂ ਵੀ ਕੋਈ ਕਾਰਵਾਈ ਨਹੀਂ ਹੋਈ। ਫਿਰ ਉਹਨੇ ਸਾਡੇ 'ਤੇ ਪਰਚਾ ਕਰਾਇਆ, ਹੁਣ ਸਾਡੀ ਰੈਕੀ ਕਰਦੇ ਆ ਅਤੇ ਰੋਜ਼ ਲੋਕਾਂ ਨੂੰ ਸੁਨੇਹਾ ਭੇਜਦੇ ਆ ਕਿ ਆਪ ਇਹ ਸੰਗਮ ਦੀ ਦੁਕਾਨ ਤੱਕ ਹੀ ਆ ਜਾ, ਆਪਣੇ ਘਰ ਦੇ ਕੈਮਰਿਆਂ ਤੋਂ ਪਰਾਂ ਆ ਜਾਏ ਅਤੇ ਆਪਾਂ ਇਹਨੂੰ ਗਾਇਬ ਕਰ ਦੇਣਾ ਵਾ। ਅਤੇ ਕੱਲ੍ਹ ਮੇਰਾ ਭਰਾ ਸਵੇਰੇ 10 ਵਜੇ ਦੀ ਗੱਲ ਆ, ਘਰ ਦੇ ਬਾਹਰ ਖਲੋਤਾ ਸੀ, ਇਹਨਾਂ ਨੇ ਕਿਸੇ ਘਰ ਦੇ ਸਾਡੇ ਲਾਗੇ ਨੇਬਰ ਉਹਨਾਂ ਦੇ ਘਰ ਕੈਮਰੇ ਲਵਾਏ ਆ, ਉੱਥੋਂ ਇਹ ਚੈੱਕ ਕਰਦਾ ਰਹਿੰਦਾ ਵਾ ਅਤੇ ਉਦੋਂ ਹੀ ਉਸ ਟਾਈਮ ਹੀ 5 ਮਿੰਟ ਬਾਅਦ ਇਹ ਬਾਹਰ ਆਇਆ। ਉਦੋਂ ਇਹਨੇ ਇਸ਼ਾਰਾ ਕੀਤਾ ਵਿਸ਼ਾਲ ਨੂੰ ਕਿ ਆ ਜਾ ਅੱਗੇ, ਅਤੇ ਵਿਸ਼ਾਲ ਕਹਿੰਦਾ ਕੋਈ ਨਹੀਂ ਚਿੰਤਾ ਨਾ ਕਰ, ਅਤੇ ਮੰਮੀ ਹੋਣਾਂ ਨੇ ਉਹਨੂੰ ਧੱਕਾ ਮਾਰ ਕੇ ਅੰਦਰ ਲੈ ਲਿਆ। ਅਤੇ ਬਾਅਦ 'ਚੋਂ ਸ਼ਾਮੀ ਮਤਲਬ ਆਪਾਂ ਉਹ ਅੰਕਲ ਜਿਹੜੇ ਜਿਨ੍ਹਾਂ ਦੇ ਘਰ ਕੈਮਰੇ ਲਵਾਏ ਉਹਨਾਂ ਨੂੰ ਮਨਾ ਕੀਤਾ ਕਿ 5 ਦਿਨ ਹੋ ਗਏ ਸਾਡੇ ਨਾਲ ਇੱਦਾਂ ਕਰਦੇ, ਸਾਡਾ ਘਰੋਂ ਨਿਕਲਣਾ ਬਹੁਤ ਔਖਾ ਹੋਇਆ ਵਾ। ਅਤੇ ਇਹਨਾਂ ਨੇ ਫਿਰ ਉਹ ਆ ਗਿਆ ਫਟਾਫਟ ਦਿਲਬਾਗ ਆਪਣੇ ਹੋਸਪਿਟਲ ਤੋਂ,
ਅਤੇ ਇਹਦੀ ਭੈਣ ਨੇ ਮੇਰੀ ਮੰਮੀ ਦੇ ਵਾਲ ਖਿੱਚ ਕੇ ਅਤੇ ਉਹਨਾਂ ਦੇ ਅੰਦਰ ਸਾਡੇ ਜਿਹੜੇ ਨੇਬਰ ਆ ਉਹਨਾਂ ਦੇ ਘਰ ਖਿੱਚ ਕੇ ਧੂ ਕੇ ਲੈ ਗਏ। ਉਹਨਾਂ ਨੇ ਇਹਨਾਂ ਨੂੰ ਮਾਰਨ ਦੀ ਕੀਤੀ ਕੋਸ਼ਿਸ਼ ਪੂਰੀ, ਉਹ ਪੂਰਾ ਟੱਬਰ ਸੀ। ਉੱਥੇ 2 ਸਾਲ ਹੋ ਗਏ ਲਵ ਮੈਰਿਜ ਨੂੰ। ਹਾਂਜੀ, 1 ਸਾਲ ਦਾ। ਉਹ ਆਪਣੇ ਘਰ ਚਲ ਗਈ ਆ ਬਿਨਾਂ ਦੱਸੇ, ਜੈਪੁਰੋਂ ਆ ਗਈ ਸੀ। ਉਹ ਇੱਥੇ ਰਹਿੰਦੇ ਨਹੀਂ ਇਹਨਾਂ ਦੇ ਡਰ ਤੋਂ, ਅਤੇ ਇਹ ਕਹਿੰਦੇ ਸੀ ਆਪਾਂ ਵੱਢ ਦੇਣਾ। ਕੱਲ੍ਹ ਸਾਨੂੰ ਪਤਾ ਹੀ ਨਹੀਂ ਲੜਾਈ ਦਾ, ਇਹੋ ਹੀ ਆ ਕਿ 4-5 ਦਿਨ ਹੋ ਗਏ ਆ, ਕਹਿੰਦੇ ਆਪਾਂ ਇਹਨੂੰ ਵੱਢਣਾ ਵੱਢਣਾ ਵੱਢਣਾ, ਬਾਹਰ ਨਿਕਲ। ਇਹਨਾਂ ਨੇ ਮੇਰੇ ਜੀਜੇ ਨੂੰ ਵੀ ਮੈਸੇਜ ਭੇਜਿਆ ਕਿ ਦਿਲਬਾਗ ਦਾ ਇਹਦੇ ਛੋਟੇ ਭਰਾ ਨੇ ਆਵਾਜ਼ ਮਾਰੀ ਸਾਡੇ ਘਰ ਆਏ ਸੀ, ਉਹਨੇ ਕਿਹਾ ਕਿ ਇੱਧਰ ਆ ਅਤੇ ਨਾ ਗੱਲ ਕਰਨੀ ਆ। ਉਹਨਾਂ ਨੇ ਆਪਣੀ ਇਹਨਾਂ ਦਾ ਜਿਹੜਾ ਖੋਖਾ ਵਾ ਨਾ ਮੀਟ ਵਾਲਾ, ਉੱਥੇ ਇਹਨੇ ਮੇਰੇ ਜੀਜੇ ਨੂੰ ਬੁਲਾਇਆ ਅਤੇ ਕਹਿੰਦਾ ਕਿ ਦਿਲਬਾਗ ਨੇ ਸੁਨੇਹਾ ਭੇਜਿਆ ਵਾ ਕਿ ਜਿੰਨੇ ਪੈਸੇ ਲੈਣੇ ਲੈ ਲਾ ਅਤੇ ਉਹਨੂੰ ਇੱਕ ਵਾਰੀ ਬਾਹਰ ਕੱਢ ਦੇ। ਹਾਂਜੀ, ਇਹਨਾਂ ਦੇ ਤਾਂ ਕਾਫੀ ਲੱਗੀ ਆ, ਮੰਮੀ ਦੇ ਤਾਂ ਮੰਮੀ ਦੇ ਵੀ ਬਹੁਤ ਜ਼ਿਆਦਾ ਲੱਗੀ ਆ। ਮੰਮੀ ਦੇ ਗੁੱਜੀਆਂ ਬਹੁਤ ਲਾਈਆਂ ਉਹਨਾਂ ਨੇ, ਪੇਟ 'ਚ ਲੱਤਾਂ ਮਾਰੀਆਂ ਵਾ, ਉੱਠਿਆ ਨਹੀਂ ਜਾਂਦਾ ਮੰਮੀ ਕੋਲ। ਹਾਂਜੀ, ਕੁਛ ਨਹੀਂ ਕੀਤਾ ਅਜੇ ਤੱਕ, ਤਾਂ ਆਏ ਨਹੀਂ, ਬਾਅਦ 'ਚੋਂ ਰਾਤੀ ਆਏ ਬਸ। ਹਾਂਜੀ ਹਾਂਜੀ, ਹੋਸਪਿਟਲ 'ਚ ਜਦੋਂ ਇਹ ਆਏ ਨਾ, ਮੈਂ ਮੰਮੀ ਨੂੰ ਲੈ ਕੇ ਆਈ ਹਾਂ ਅਤੇ ਇਹ ਡੈਡੀ ਹੁਣੀ ਆਏ ਆ ਜਦੋਂ, ਅਤੇ ਇਹ ਸਕੂਟੀ 'ਤੇ ਆਏ ਅਤੇ ਮੈਨੂੰ ਲੱਗਾ ਸ਼ਾਇਦ ਉਹ ਨਾ ਇੱਕਦਮ ਹੀ ਬਾਹਰ ਆ ਗਏ ਦੋਵੇਂ ਪਿਓ ਪੁੱਤ, ਅਤੇ ਬਾਅਦ 'ਚੋਂ ਨਾ ਮੈਨੂੰ ਲੱਗਾ ਸ਼ਾਇਦ ਦੌੜ ਚੱਲੇ ਆਏ ਹੈ ਨਾ, ਅਤੇ ਇਹਨਾਂ ਨੇ ਉੱਧਰ ਪਿਛਲੇ ਪਾਸੇ ਨਾ ਉੱਧਰੋਂ ਡੰਡੇ ਲੈ ਕੇ ਆਏ ਅਤੇ ਉਹਨਾਂ ਨੇ ਗੇਟ 'ਚ ਢਾਇਆ ਡੈਡੀ ਨੂੰ। ਉੱਥੋਂ ਮਤਲਬ ਡੰਡਾ ਵੀ ਟੁੱਟਾ ਵਾ, ਡੰਡਾ ਪੁਲਿਸ ਦੇ ਹਵਾਲੇ ਆ, ਅੱਧਾ ਡੰਡਾ ਸਾਡੇ ਕੋਲ ਪਿਆ ਵਾ, ਅਤੇ ਆਹ ਸਾਰੀ ਸੱਟ ਇਹਨਾਂ ਨੇ ਇੱਥੇ ਲਾਈ ਸੀ। ਇਹ ਜੀ ਇਹਨਾਂ ਦੇ ਆਪਸ ਦੇ ਵਿੱਚ ਇਹ ਲੜੇ ਆ, ਅਤੇ ਬਾਕੀ ਪੁਲਿਸ ਮੌਕੇ 'ਤੇ ਪਹੁੰਚ ਗਈ ਸੀ, ਆਪਣਾ ਪਹੁੰਚ ਗਈ ਸੀ, ਅਤੇ ਬਾਕੀ ਜਾਂਚ ਚੱਲਦੀ ਪਈ ਹੈ, ਇਨਵੈਸਟੀਗੇਸ਼ਨ ਆਪਾਂ ਕਰਦੇ ਪਏ ਹਾਂ। MLR ਜਦੋਂ ਆਊਗੀ ਉਹਦੇ ਮੁਤਾਬਿਕ ਆਪਾਂ FIR ਦਰਜ ਕਰਕੇ ਅਤੇ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਆਪਾਂ ਅਰੈਸਟ ਕਰਦੇ ਹਾਂ।